ਸੱਚਖੰਡ ਐਕਸਪ੍ਰੈਸ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਪਹੁੰਚ ਚੁੱਕੀ ਹੈ ਅਤੇ ਯਾਤਰੂ ਸਾਡੇ ਸਾਰੇ ਹੀ ਭਗਤ ਜਨ ਟ੍ਰੇਨ ਦੇ ਵਿੱਚ ਸਵਾਰ ਹੋਣ ਲੱਗੇ ਨੇ। ਅੱਜ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦਾ ਜੱਥਾ 316ਵਾਂ ਇਤਿਹਾਸਿਕ ਮਿਲਾਪ ਦਿਹਾੜਾ ਮਨਾਉਣ ਲਈ ਸ਼੍ਰੀ ਹਜ਼ੂਰ ਸਾਹਿਬ ਨੰਦੇੜ ਜਾ ਰਿਹਾ। ਇਹ ਜੱਥਾ ਜਿੱਥੇ ਹਜ਼ੂਰ ਸਾਹਿਬ ਨੰਦੇੜ ਵਿਖੇ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ 1 ਤਰੀਕ ਨੂੰ ਹੋਣਗੇ, ਕੱਲ੍ਹ ਸ਼ਾਮ ਨੂੰ ਪਹੁੰਚੇਗਾ, 3 ਤਰੀਕ ਨੂੰ ਭੋਗ ਪਾਏ ਜਾਣਗੇ, ਅਤੇ ਜਿੱਥੇ ਉਹ ਮਹਾਨ ਯੋਧਾ ਜਰਨੈਲ ਜਾਂ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ 3 ਸਤੰਬਰ 1708 ਨੂੰ ਮਿਲਾਪ ਹੁੰਦਾ ਹੈ ਅਤੇ 12 ਮਈ 1710 ਨੂੰ ਉਹ ਸਰਹੰਦ ਫਤਿਹ ਕਰਦੇ ਹੈ, ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕਰਦੇ ਹੈ। ਉਹ ਯੋਧੇ ਜਰਨੈਲ ਦਾ ਜਿਹੜਾ ਮਿਲਾਪ ਦਿਹਾੜਾ ਹੈ ਦਸਮ ਪਿਤਾ ਦੇ ਨਾਲ, ਉਹ ਅਸੀਂ ਮਨਾਉਣ ਜਾ ਰਹੇ ਹਾਂ। ਇਹ 22ਵਾਂ ਜੱਥਾ ਜਾ ਰਿਹਾ ਅਤੇ ਜਿੱਥੇ ਮੈਂ ਸਮਝਦਾ ਉਸ ਮਹਾਨ ਯੋਧੇ ਜਰਨੈਲ ਨੇ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ, ਅੱਜ ਦੇ ਕਿਸਾਨਾਂ ਨੂੰ ਮੁਜ਼ਾਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਇਆ, ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ 'ਤੇ ਸਿੱਕਾ ਅਤੇ ਮੋਹਰ ਜਾਰੀ ਕੀਤੀ ਜਿਸ 'ਤੇ ਉੱਕਰਿਆ ਸੀ ਦੇਗ ਤੇਗ ਫਤਿਹ ਨੁਸਰਤ ਬੇਦਰੰਗ ਜਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ। ਅੱਜ ਉਸ ਮਹਾਨ ਯੋਧੇ ਜਰਨੈਲ ਨੂੰ ਯਾਦ ਕਰਨ ਦਾ ਉਪਰਾਲਾ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਹਰ ਸਾਲ ਕਰਦੀ ਹੈ ਅਤੇ ਉੱਥੇ ਹੀ ਜਿਹੜੇ ਸਾਡੇ ਤਖ਼ਤ ਦੇ ਜਥੇਦਾਰ ਸਾਹਿਬਾਨ ਬਾਬਾ ਕੁਲਵੰਤ ਸਿੰਘ ਜੀ, ਉਹਨਾਂ ਨੂੰ ਅਲਾਹੀ ਗਿਆਨ ਦਾ ਸਾਗਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਇਹ ਪੁਸਤਕ ਵੀ ਭੇਂਟ ਕੀਤੀ ਜਾਏਗੀ ਫਾਊਂਡੇਸ਼ਨ ਵੱਲੋਂ, ਟਰੱਸਟ ਵੱਲੋਂ, ਕਿਉਂਕਿ ਉਹ ਸਾਡੇ ਮੁੱਖ ਸਰਪ੍ਰਸਤ ਨੇ। ਅਤੇ ਮੈਂ ਸਮਝਦਾ ਕਿ ਅੱਜ ਜਿਹੜਾ ਜੱਥਾ ਬੜੇ ਖੁਸ਼ੀਆਂ ਭਰੇ ਅਤੇ ਲੱਡੂ ਵੰਡੇ ਜਾ ਰਹੇ ਨੇ, ਕਿਤੇ ਪਰਮਿੰਦਰ ਗਰੇਵਾਲ, ਕਿਤੇ ਰਾਜੂ ਬਾਜੜਾ ਜੀ, ਕਿਤੇ ਸਾਡੇ ਸਾਥੀ ਲੱਡੂ ਲੈ ਕੇ ਆ ਰਹੇ ਨੇ, ਕੋਈ ਫੁੱਲ ਲੈ ਕੇ ਆ ਰਿਹਾ, ਕੋਈ ਬੈਨਰ ਤਿਆਰ ਕਰਕੇ, ਮੇਰਾ ਮਤਲਬ ਸਾਰਿਆਂ ਦੀਆਂ ਭਾਵਨਾਵਾਂ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ। ਮੈਂ ਸਾਰਿਆਂ ਨੂੰ ਵਧਾਈ ਦਿੰਦਾ ਅਤੇ ਹੁਣੇ ਸੱਚਖੰਡ ਐਕਸਪ੍ਰੈਸ 1-2 ਮਿੰਟ ਦੇ ਵਿੱਚ ਆਉਣ ਵਾਲੀ ਹੈ ਤਾਂ ਕਿ ਸਾਰੇ ਸਟੇਸ਼ਨ 'ਤੇ ਪਹੁੰਚਣ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਿੰਘ ਬਹਾਦਰ, ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ, ਜਿਸ ਦੇ ਆਸਟ੍ਰੇਲੀਆ ਦੇ ਪ੍ਰਧਾਨ ਅਸ਼ਵਨੀ ਜੀ ਬਾਬਾ ਜੀ, ਅਤੇ ਅੱਜ ਜਿਹੜਾ ਜੱਥਾ ਜਾ ਰਿਹਾ ਹੈ ਸ਼੍ਰੀ ਕ੍ਰਿਸ਼ਨ ਕੁਮਾਰ ਬਾਬਾ ਜੀ, ਅਤੇ ਸਮੁੱਚੇ ਜੱਥਾ ਜਾ ਰਿਹਾ ਹੈ ਉਸ ਨੂੰ ਰਵਾਨਾ ਕਰਨ ਵਾਸਤੇ ਆਲ ਇੰਡੀਆ ਧਰਮ ਮਿਸ਼ਨ ਵੱਲੋਂ ਸ਼੍ਰੀ ਗੁਰੂ ਦਾਸ ਇਤਿਹਾਸਕ ਧਰਮ ਸਥਾਨ ਚਰਨ ਛੋ ਗੰਗਾ ਅੰਮ੍ਰਿਤ ਕੁੰਡ ਸੱਚਖੰਡ ਸ਼੍ਰੀ ਖੁਰਾਲਗੜ੍ਹ ਸਾਹਿਬ ਤੋਂ ਦਾਸ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਬੇਨਤੀ ਵੀ ਕਰਦਾ ਹੈ ਅਤੇ ਵਧਾਈ ਵੀ ਦਿੰਦਾ ਹੈ ਕਿ ਇਹੋ ਜਿਹੇ ਜਿਹੜੇ ਉਪਰਾਲੇ ਹੈ ਬਹੁਤ ਚੰਗੇ ਔਰ ਅੱਗੋਂ ਹੁੰਦੇ ਰਹਿਣ, ਜਿਸ ਦੇ ਨਾਲ ਸਮਾਜ ਦੇ ਵਿੱਚ ਏਕਤਾ ਬਣੀ ਜਾਵੇ। ਇਹਨਾਂ ਸ਼ਬਦਾਂ ਦੇ ਨਾਲ ਮੈਂ ਜਥੇ ਨੂੰ ਜਿੱਥੇ ਵਧਾਈ ਦਿੰਦਾ, ਸਮੂਹ ਸਾਧ ਸੰਗਤ ਨੂੰ ਵਧਾਈ ਦਿੰਦਾ, ਸਾਡੇ ਭਰਾ ਅਸ਼ਵਨੀ ਜੀ ਆਸਟ੍ਰੇਲੀਆ ਤੋਂ ਆਏ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਸਾਰੇ ਸੰਗਤ ਦਾ ਧੰਨਵਾਦ।